ਅਤੇ ਮੇਰਾ ਆਪਣਾ, ਮੈਂ ਆਪਣੀ ਗੱਲ ਕਰਦਾ, ਭਰਾਵਾਂ ਦੀ ਮੇਰੇ ਤੋਂ ਵੱਖਰੀ ਸੀ ਵੀ ਬੱਚਿਆਂ ਦਾ, ਜਿੱਥੋਂ ਤਾਈਂ ਉਹਨਾਂ ਦਾ ਸ਼ਾਦੀ ਦੀ ਗੱਲ ਆ, ਵਿਆਹ ਦੀ ਗੱਲ ਹੈਗੀ ਆ, ਇਹ ਉਹਨਾਂ ਨੂੰ ਇਸ ਗੱਲ 'ਤੇ ਮਜਬੂਰ ਨਹੀਂ ਕਰਨਾ ਚਾਹੀਦਾ, ਪਰ ਜਿੱਥੋਂ ਤੱਕ ਹੋ ਸਕੇ ਵੀ ਤੁਸੀਂ ਆਪਣੇ ਕਲਚਰ ਦੇ ਵਿੱਚ ਭਾਵ ਇੰਡੀਅਨ ਦੇ ਨਾਲ ਸ਼ਾਦੀ ਕਰਨ ਦੀ ਜਿਹੜੀ ਕਰਨੀ ਹੈਗੀ ਆ, ਤਾਂ ਇਹ ਜ਼ਰੂਰੀ, ਮੈਂ ਵੀ ਇਸ ਸਮਝਦਾ ਸੀ, ਪਰ ਉਹਦੇ 'ਚ ਕਿੰਨਾ ਕਰਨੀ ਆ ਉਹ ਮੇਰੀ ਕੋਈ ਵੱਧੋਗਿਰੀ ਨਹੀਂ ਹੈਗੀ, ਪਰ ਮੇਰੇ ਭਰਾਵਾਂ ਦਾ ਇੱਦਾਂ ਇੱਥੇ ਤੱਕ ਨਹੀਂ ਸੀ, ਉਹਨਾਂ ਦਾ ਤਾਂ ਇਹ ਸੀ ਵੀ ਮੈਂ ਜੱਟ ਸਿੱਖ ਹਾਂ ਅਤੇ ਲੜਕੀ ਜੱਟ ਸਿੱਖ ਹੀ ਹੋਣੀ ਚਾਹੀਦੀ ਆ, ਅਤੇ ਜਿਹੜੇ ਮੇਰੀ ਕੁੜੀ ਆ ਤਾਂ ਜੱਟ ਸਿੱਖ ਆ, ਉਹ ਜੱਟ ਸਿੱਖ ਨਾਲ ਹੀ ਵਿਆਹ ਹੋਣੀ ਚਾਹੀਦੀ ਆ, ਉਹਨਾਂ ਦੀ ਵੈਲਿਊ ਇਹ ਰਹੀ ਆ। ਅਤੇ ਮੇਰਾ ਸੀ ਵੀ ਬੱਚਿਆਂ ਨੂੰ ਇੰਨੀ ਫਰੀਡਮ ਸੀਗੀ ਐਜੂਕੇਸ਼ਨ ਦੇ ਰਾਹੀਂ, ਕੋਈ ਕੰਟਰੋਲ ਨਹੀਂ ਵੀ ਤੁਸੀਂ, ਸੋ ਉਹ ਸਿਲਸਿਲੇ ਦੇ ਵਿੱਚ ਮੇਰੇ ਦੋ ਬੱਚਿਆਂ ਦੀ ਸ਼ਾਦੀ ਤਾਂ ਜਿੱਥੇ ਉਹ ਯੂਨੀਵਰਸਿਟੀ 'ਚ ਇੱਕ ਪੜ੍ਹਦਾ ਸੀ, ਇੱਕ ਕਾਲਜ 'ਚ ਪੜ੍ਹਦੀ ਸੀ ਲੜਕੀ ਮੇਰੀ, ਅਤੇ ਉਹਨਾਂ ਦੀ ਪਸੰਦ ਦਾ ਮੁੰਡਾ ਲੜਕੀ ਨੂੰ ਉੱਥੋਂ ਉਹਨੇ ਪਸੰਦ ਕੀਤਾ, ਅਤੇ ਪੰਜਾਬੀ, ਤਾਂ ਉਹ ਅਤੇ ਮੇਰੇ ਦੂਜੇ ਲੜਕੇ ਨੇ ਉਹ ਯੂਨੀਵਰਸਿਟੀ ਚਲੇ ਗਿਆ ਸੀ ਨਿਊ ਕੈਸਲ, ਉਹਦੇ ਨਾਲ ਜਿਹੜੀ ਹੈ ਲੜਕੀ ਇੱਕ ਪੜ੍ਹਦੀ ਸੀ ਉੱਥੇ ਯੂਨੀਵਰਸਿਟੀ 'ਚ, ਉਹਦੇ ਨਾਲ ਉਹਨਾਂ ਦਾ ਵਿਚਾਰਾਂ ਦੀ ਖਿਆਲ ਮਿਲ ਗਈ, ਤਾਂ ਉਹਨੇ ਕਰ ਲਿਆ ਪਈ ਆਪਾਂ ਵਿਆਹ ਕਰਾ ਲੈਣਾ, ਅਤੇ ਜਿੱਦਾਂ ਉਹਨੇ ਚਾਹੀ ਉਹਨਾਂ ਦਾ ਕਰ ਦਿੱਤਾ, ਲੜਕੀ ਦਾ ਜਿੱਦਾਂ ਚਾਹੀ ਉੱਦਾਂ ਕਰ ਦਿੱਤਾ, ਪੰਜਾਬੀ ਪਰਿਵਾਰ। ਤਾਂ ਵੱਡੇ ਲੜਕੇ ਦਾ ਜਿਹੜਾ ਆ ਉਹ ਮੇਰਾ ਦੋਸਤ ਹੀ ਸੀ ਉਹਦੀ ਲੜਕੀ, ਪਰ ਉਹਨਾਂ ਦਾ ਵੀ ਇੱਦਾਂ ਨਹੀਂ ਪਈ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਊਗਾ ਵੀ ਇੱਥੇ ਸ਼ਾਦੀਆਂ ਇੱਦਾਂ ਹੁੰਦੀਆਂ ਸੀ ਵੀ ਕੁੜੀ ਨੇ ਮੁੰਡਾ ਨਹੀਂ ਦੇਖਿਆ, ਮੁੰਡੇ ਨੇ ਕੁੜੀ ਨਹੀਂ ਦੇਖੀ, ਅਤੇ ਉਹ ਜਿਹੜਾ ਸੀਗਾ ਭਈ ਮਾਂ ਪਿਓ ਨੇ ਮੁੰਡਾ ਦੇਖਿਆ ਹੋਣਾ ਤਾਂ ਕੁੜੀ ਦੀ ਕੋਈ ਪੁੱਛ ਨਹੀਂ ਤਾਂ ਕਹਿ ਦੇਣਾ ਕਰ ਦੇਣਾ, ਮੈਂ ਉਸ ਗੱਲ ਨੂੰ ਚੰਗਾ ਨਹੀਂ ਸਮਝਦਾ, ਤਾਂ ਜਾਂ ਇਹ ਰਿਵਾਜ਼ ਬਹੁਤ ਸੀ ਇੰਡੀਆ ਤੋਂ ਕੁੜੀ ਮੰਗਾ ਲੈਣੀ ਜਾਂ ਇੰਡੀਆ ਤੋਂ ਮੁੰਡਾ ਮੰਗਾ ਲੈਣਾ, ਉਹਦਾ ਇੱਕ ਤਾਂ ਇਹ ਸੀ, ਇੱਕ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਵਿੱਚ ਵੀ ਸੌਖੀ ਗੱਲ ਨਹੀਂ ਸੀ ਜਦੋਂ ਇਹ ਕਹਿਣਾ ਵੀ ਬੱਚਿਆਂ ਨੂੰ ਆਪਣਾ ਪਤੀ ਜਾਂ ਪਤਨੀ ਚੁਣਨ ਦੀ ਅਪਰਚੁਨਿਟੀ ਚਾਹੀਦੀ ਹੈ ਮਾਪਿਆਂ ਦੀ ਸਲਾਹ ਦੇ ਨਾਲ, ਤਾਂ ਪਰ ਉਹ ਲਾਈਨ ਅਸੀਂ ਪਰਸੂ ਕੀਤੀ ਅਤੇ ਉਹ ਕਿੰਨੇ ਪਰਸੈਂਟ ਤਾਂ ਕਾਮਯਾਬ ਹੋਈ ਆ, ਪਰ ਕਾਫੀ ਉਹ ਹੋਈ ਆ।